ऑपरेशन हम अस्पताल तो शुरू करते हैं। ठीक है, की कहना, ठीक होया गलत होया? अमृतपाल का साथियों नाल अपने एक अक्यूज नूं छुड़ाउण जाण तक गल ठीक आ, उदू बाद फिर काम मिसहैंडल हो गया। मिसहैंडलिंग तो उदू बाद ही होगी ना, जदों उत्थे तक अमृतपाल पहुंचूगा बंदियां नाल, उस तक ठीक सी थोड़ा बंदना। हाँ, जे उन्होंने जाके उत्थे धरना मारना इंतजार लाइट, एक कट आ दो समाजिक मुद्दों नूं लैके करना, फिर उत्थे जाके तुसीं खालिस्तान दा मुद्दा उठाउंदे उठाउंदे हेट स्पीच शुरू कर देनी, ये फिर इंटरमिक्सिंग जिहड़ी हो रही आ चंगियाई दी ते गंद गंद दी, इहनूं कि मैं गलत है। बादल साहब की अगवाई च अकाली दल, टौड़ा साहब की अगवाई दे विच एस जी पी सी, ये दोनों ने पंथ नूं फेल किया। जिस तरीके नाल संत जरनैल सिंह पिंडरांवाले दरबार साहब पहुँचे, जिस तरीके नाल कृपाल सिंह अकाल तख्त दे जथेदार ने फरियाद की, ये सारा जिहड़ा जिक्र आ तुसीं अपनी किताब च कीता जी? नहीं, मैं इन्हां गल्लां दा जवाब नहीं दिया करता इहो जिहा तां। ਉਹ ਕਹਿ ਰਹੇ ਆ ਜੀ ਐਨ ਐਸ ਏ ਲਾ ਦਿੱਤਾ, ਇਹਨੇ ਕਿਹੜਾ ਜੁਰਮ ਕੀਤਾ ਸੀ, ਇਹ ਤਾਂ ਅੰਮ੍ਰਿਤ ਸੰਚਾਰ ਕਰ ਰਿਹਾ ਸੀ, ਨਸ਼ੇ ਛੁਡਾ ਰਿਹਾ ਸੀ। ਤੁਹਾਡਾ ਕੀ ਵਿਚਾਰ ਹੈ ਕਿ ਸਿਰਫ ਜੋ ਕੁਛ ਇਹ ਕਰ ਰਿਹਾ ਸੀ ਸਿਰਫ ਅੰਮ੍ਰਿਤ ਸੰਚਾਰ ਅਤੇ ਨਸ਼ੇ ਛੁਡਾ ਰਿਹਾ ਸੀ ਜਾਂ ਇਸ ਤੋਂ ਇਲਾਵਾ ਹੋਰ ਵੀ ਕੁਛ ਕਰ ਰਿਹਾ? ਨਹੀਂ, ਸਿਰਫ ਜੇ ਨਸ਼ੇ ਕੁਛ ਛੁਡਾ ਰਿਹਾ ਸੀ ਅਤੇ ਅੰਮ੍ਰਿਤ ਸੰਚਾਰ ਕਰ ਰਿਹਾ ਸੀ, ਇਹਦੇ 'ਤੇ ਕੰਟਰੋਵਰਸੀ ਹੋ ਹੀ ਨਹੀਂ ਸਕਦੀ ਕੋਈ। ਤੁਹਾਡਾ ਰਾਈਟ ਹੈ ਸਵਾਲ ਪੁੱਛਣਾ। ਮੈਂ ਸਰ ਸਵਾਲ ਪੁੱਛਦਾ, ਜਰਨੈਲ ਸਿੰਘ ਪਿੰਡਰਾਂਵਾਲੇ ਨੇ ਕੋਈ ਖਾਲਿਸਤਾਨੀ ਮੂਵਮੈਂਟ ਸ਼ੁਰੂ ਨਹੀਂ ਕੀਤੀ। ਕੀਤੀ ਨਹੀਂ? ਨੋ। ਦੱਸੋ ਜੀ ਉਸ। ਓਕੇ, ਪੰਥ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਲਾਂਗ ਟਰਮ ਦੇ ਵਿੱਚ ਐਸੇ ਜਿਹੜੇ ਹਾਲਾਤ ਹੈਗੇ ਹੈ ਉਹਦੇ ਵਿੱਚ ਘੱਟੋ ਘੱਟ ਗ੍ਰੰਥ ਸਾਹਿਬ ਤਾਂ ਮਿਸਯੂਜ਼ ਨਾ ਕਰੋ ਤੁਸੀਂ। ਇਹ ਹਾਈਪ ਕਿਉਂ ਕ੍ਰੀਏਟ ਕੀਤੀ ਗਈ ਹੈ, ਮਤਲਬ ਇਹਨੂੰ ਐਡੀ ਵੱਡੀ ਅਚੀਵਮੈਂਟ ਅਰੈਸਟ ਨੂੰ ਕਿਵੇਂ ਪੇਸ਼ ਕਰਨ ਦੀ ਕੋਸ਼ਿਸ਼ ਸੀ, ਗੱਲ ਇਹ ਆ ਉਹ ਸਰਕਾਰ ਦੀ ਕੋਲੈਪਸ ਨਜ਼ਰ ਆ ਰਹੀ ਸੀ ਉੱਥੋਂ ਟੋਟਲ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਣਾ ਜਾਇਜ਼ ਸੀ? ਗਲਤ। ਜਦੋਂ ਤੁਸੀਂ ਹੇਟ ਸਪੀਚ 'ਤੇ ਆਉਂਦੇ ਤਾਂ ਉਹਦਾ ਅਮਰ ਸੰਚਾਰ ਨਾਲ ਕੋਈ ਤਲਕ ਨਹੀਂ ਹੈ, ਖਾਲਿਸਤਾਨ ਦਾ ਅਮਰ ਸੰਚਾਰ ਨਾਲ ਕੋਈ ਤਲਕ ਨਹੀਂ। ਲੋਕ ਤਾਂ ਅਜੇ ਇਹੀ ਕਹੀ ਜਾਂਦੇ ਆ ਕਿ ਅਮਰ ਸੰਚਾਰ ਕਰ ਰਿਹਾ ਸੀ, ਨਸ਼ੇ ਛੁਡਾ ਰਿਹਾ ਸੀ, ਕੀ ਮਾੜਾ ਕਰ ਰਿਹਾ ਸੀ, ਉਹਨੂੰ ਫੜਿਆ ਕਿਉਂ? ਨਹੀਂ, ਉਹ ਤਾਂ ਕਹਿ ਰਿਹਾ ਕਿ ਮੈਂ ਖਾਲਿਸਤਾਨ ਦੀ ਗੱਲ ਕਰ ਰਿਹਾ। ਉਹ ਹੇਟ ਸਪੀਚ ਦਾ ਜਿਹੜਾ ਟੇਸਟ ਆ, ਸਵਾਦ ਆ, ਉਹ ਸੰਘ ਪਰਿਵਾਰ ਦੀ ਹੇਟ ਟੇਸਟ ਨਾਲ ਸਵਾਦ ਉਹਦਾ ਕੋਈ ਲਹਿਜ਼ਾ ਵੱਖਰਾ ਜੀ? ਨਹੀਂ, ਸਵਾਦ ਸਾਰੇ ਹੇਟ ਸਪੀਚ ਦੇ ਕੋਈ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਸਿੱਖਾਂ ਨੇ ਸਿੱਖ ਮਾਰਤੇ, ਯੈਸ 60% ਮੈਂ ਕਹਿ ਰਿਹਾ ਸਿੱਖਾਂ ਨੇ ਸਿੱਖ ਮਾਰਤੇ। ਬਾਦਲ ਨੇ ਜ਼ਿਆਦਾ ਨੁਕਸਾਨ ਕੀਤਾ ਪੰਥ ਦਾ ਕਿ ਟੋੜੇ ਨੇ? ਨਹੀਂ, ਮੈਂ ਇਸ ਗੱਲ ਦੇ ਵਿੱਚ ਮੈਂ ਕਿਸੇ ਪਰਸਨ ਦੇ ਪਿੱਛੇ ਨਹੀਂ ਜਾਂਦਾ ਹੁੰਦਾ, ਮੈਂ ਪਰਸਨਲ ਜੱਜਮੈਂਟ ਨਹੀਂ ਦਿਆ ਕਰਦਾ ਕਦੇ। ਆਈ ਡੋਂਟ ਲਾਈਕ ਟੂ ਕਮੈਂਟ ਔਨ ਦਿਸ ਇਸ਼ੂਸ। ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗਣ ਲੈ ਕੇ ਆਇਆ ਅੱਜ ਖਾਸ ਮੁਲਾਕਾਤ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬਰਦ। ਮੇਰੇ ਨਾਲ ਨੇ 45 ਸਾਲ ਦਾ ਤਜ਼ਰਬਾ ਰੱਖਣ ਵਾਲੇ ਸਰਦਾਰ ਜਗਤਾਰ ਸਿੰਘ, ਪੱਤਰਕਾਰ, ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਦੇ ਬਾਰੇ 2 ਵੱਡੀਆਂ ਕਿਤਾਬਾਂ ਲਿਖੀਆਂ, ਦਿਖਾ ਦਿੰਦੇ ਹਾਂ। ਰਿਵਰਸ ਔਨ ਫਾਇਰ, ਇਹ ਅੰਗਰੇਜ਼ੀ 'ਚ ਆ, ਇਹਦਾ ਪੰਜਾਬੀ ਅਨੁਵਾਦ ਵੀ ਅਵੇਲੇਬਲ ਆ। ਦੂਜੀ ਕਿਤਾਬ ਹੈ ਜੀ ਖਾਲਿਸਤਾਨ ਸਟਰਗਲ, ਖਾਲਿਸਤਾਨ ਸਟਰਗਲ ਨੂੰ ਬੜੀ ਨੇੜੇ ਤੋਂ ਦੇਖਿਆ ਇਹਨਾਂ ਨੇ। ਇਸੇ ਸੰਬੰਧ ਦੇ ਵਿੱਚ ਆਪਾਂ ਅੱਜ ਨਾਲ ਗੱਲਬਾਤ ਕਰਾਂਗੇ ਅੰਮ੍ਰਿਤਪਾਲ ਦੇ ਮੁੱਦੇ 'ਤੇ। ਇਸ ਮੁੱਦੇ ਦਾ, ਅੰਮ੍ਰਿਤਪਾਲ ਦਾ ਖਾਲਿਸਤਾਨ ਸਟਰਗਲ ਨਾਲ ਕੋਈ ਕਨੈਕਸ਼ਨ ਸੀਗਾ ਜਾਂ ਉਹਦੀ ਇੱਕ ਐਕਸਟੈਂਸ਼ਨ ਆ, ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰਦਾਰ ਜਗਤਾਰ ਸਿੰਘ ਤੋਂ, ਜਿਹੜੇ ਕਿ ਲੰਮਾ ਸਮਾਂ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਕੰਮ ਕਰਦੇ ਰਹੇ, ਅਤੇ ਮੈਨੂੰ ਵੀ ਇਹ ਸੁਭਾਗ ਪ੍ਰਾਪਤ ਹੈ ਕਿ ਮੈਂ ਵੀ ਇਹਨਾਂ ਦੇ ਨਾਲ ਕੰਮ ਕੀਤਾ। ਆਓ ਗੱਲਬਾਤ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲਾ ਸਵਾਲ ਅੰਮ੍ਰਿਤਪਾਲ। ਮੈਂ ਸਵਾਲ ਤੋਂ ਪਹਿਲਾਂ ਜੀ, ਮੈਨੂੰ ਬੜੀ ਖੁਸ਼ੀ ਹੈ ਕਿ ਮੇਰਾ ਕੁਲੀਗ ਮੇਰੇ ਨਾਲ ਬੈਠਾ ਹੈ ਅੱਜ। ਚਲੋ, ਧੰਨਵਾਦ ਜੀ, ਧੰਨਵਾਦ। ਹਾਂ,
ਆਪਰੇਸ਼ਨ ਅੰਮ੍ਰਿਤਪਾਲ ਤੋਂ ਸ਼ੁਰੂ ਕਰਦੇ ਹਾਂ। ਠੀਕ ਹੈ, ਕੀ ਕਹਿਣਾ, ਠੀਕ ਹੋਇਆ ਗਲਤ ਹੋਇਆ? ਨਹੀਂ, ਆਪਰੇਸ਼ਨ ਗਲਤ ਠੀਕ ਆਪਾਂ ਨਾ ਕਰੀਏ, ਹੈਂਡਲ ਕਿਵੇਂ ਹੋਇਆ ਗੱਲ ਇਹ ਹੈ। ਆਪਰੇਸ਼ਨ ਤਾਂ ਉਹਨੂੰ ਅਰੈਸਟ ਕਰਦਾ ਸੀ, ਅਰੈਸਟ ਕਿਉਂ ਕਰਨਾ ਸੀ, ਅਜਨਾਲਾ ਕੇਸ ਮੇਨਲੀ ਇਸ਼ੂ ਹੈ। ਅਤੇ ਅਜਨਾਲਾ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਕਾਹਲੀ ਕਰ ਗਿਆ ਅੰਮ੍ਰਿਤਪਾਲ। ਜੇ ਨਿਸ਼ਾਨੇ ਵੱਡੇ ਹੋਣ, ਜਿਵੇਂ ਇਹ ਆਪਣਿਆਂ ਨੂੰ ਪ੍ਰੋਜੈਕਟ ਕਰ ਰਿਹਾ ਸੀ ਕਿ ਮੈਂ ਪੰਜਾਬ ਦੇ ਵਿੱਚ ਸਿੱਖਾਂ ਵਾਸਤੇ ਕੁਛ ਬਹੁਤ ਕੁਛ ਕਰਨਾ ਹੈ, ਤਾਂ ਜਿਨ੍ਹਾਂ ਦੇ ਵੱਡੇ ਨਿਸ਼ਾਨੇ ਹੋਣ ਅਤੇ ਉਹ ਛੋਟੇ ਜਿਹੀ ਗੱਲ 'ਤੇ ਪ੍ਰੋਵੋਕ ਹੋ ਕੇ ਅਜਨਾਲੇ ਵਰਗੇ ਐਕਸ਼ਨ ਨਹੀਂ ਕਰਦੇ ਜੀ। ਅਤੇ ਹੁਣ ਦੂਜਾ ਆਸਪੈਕਟ ਹੈ ਪੁਲਿਸ ਦਾ। ਪੁਲਿਸ ਨੇ ਜਿਸ ਢੰਗ ਨਾਲ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਜਿਹੜੇ ਉਹਦੇ ਸਾਥੀਆਂ ਨੂੰ ਲਾਰਜ ਸਕੇਲ 'ਤੇ ਅਰੈਸਟ ਕੀਤਾ ਹੈ ਜੀ, ਉਹ ਕੁਸਟਨੇਬਲ ਹੈ ਜੀ। 7 ਜ਼ਿਲ੍ਹਿਆਂ ਦੀ ਪੁਲਿਸ ਲਗਾਈ ਹੋਵੇ, ਇਹ ਹਾਈਪ ਕਿਉਂ ਕ੍ਰੀਏਟ ਕੀਤੀ ਗਈ ਹੈ? ਮਤਲਬ ਇਹਨੂੰ ਐਡੀ ਵੱਡੀ ਅਚੀਵਮੈਂਟ, ਅਰੈਸਟ ਨੂੰ ਕਿਵੇਂ ਪੇਸ਼ ਕਰਨ ਦੀ ਕੋਸ਼ਿਸ਼ ਸੀ, ਗੱਲ ਇਹ ਆ। ਡਨ ਸਰ, ਕੁਐਸਚਨ ਉੱਥੇ ਰਹਿ ਗਿਆ, ਅਜਨਾਲਾ ਹੋਇਆ, ਗ੍ਰਿਫਤਾਰੀ ਉੱਥੋਂ ਦੇ ਉਸ ਕਨੈਕਸ਼ਨ 'ਚ ਬਣਦੀ ਸੀ, ਮਤਲਬ ਆਪਰੇਸ਼ਨ ਕੁਛ ਪਰਸੈਂਟ ਠੀਕ ਸੀ, ਲੋੜ ਸੀ ਇਹਦੀ? ਹਾਂ, ਨਹੀਂ, ਲੋੜ ਨਾ ਕੋ ਇਗਨੋਰ ਵੀ ਕੀਤਾ ਜਾ ਸਕਦਾ, ਲੇਕਿਨ ਜੇ ਤੁਸੀਂ ਸਰਕਾਰ ਦੀ ਫੰਕਸ਼ਨਿੰਗ ਦੀ ਗੱਲ ਕਰੋ, ਜਿਹੜਾ ਅਜਨਾਲਾ ਸੀ ਉਹ ਸਰਕਾਰ ਦੀ ਕੋਲੈਪਸ ਨਜ਼ਰ ਆ ਰਹੀ ਸੀ ਉੱਥੋਂ ਟੋਟਲ। ਮੈਂ ਇਹ ਨਹੀਂ ਕਹਿੰਦਾ ਕਿ ਜਿਵੇਂ ਇਹ ਕਲੇਮ ਕਰਦੇ ਆ ਕਿ ਰਿਸਟੇਂਟ ਅਸੀਂ ਵਰਤੀ ਗ੍ਰੰਥ ਸਾਹਿਬ ਕਰਕੇ, ਉਹ ਤਰੀਕੇ ਹੋਰ ਵੀ ਹੋ ਸਕਦੇ ਆ, ਆਪਾਂ ਚਲੋ ਉਸ ਗੱਲ ਦੇ ਐਕਸਪਰਟ ਨਹੀਂ, ਆਪਾਂ ਪੋਲੀਟੀਕਲ ਗੱਲ ਕਰ ਸਕਦੇ ਹਾਂ, ਲੇਕਿਨ ਉਹ ਮਿਸਹੈਂਡਲ ਹੋਇਆ ਸੀ ਉਹ ਵੀ ਓਪਰੇਸ਼ਨ, ਅਤੇ ਉਹਦੇ ਨਾਲ ਜਿਹੜੀ ਪੁਲਿਸ ਦੀ ਆਪਾਂ ਕਹਿ ਸਕਦੇ ਹਾਂ ਕਿ ਸਪਿਰਿਟ, ਉਹ ਡਾਊਨ ਹੋ ਸਕਦੀ ਸੀ, ਪਰ ਪੁਲਿਸ ਡੀਮੋਰਲਾਈਜ਼ ਹੋ ਸਕਦੀ ਸੀ। ਮਤਲਬ ਅੰਮ੍ਰਿਤਪਾਲ ਦਾ ਸਾਥੀਆਂ ਨਾਲ ਆਪਣੇ ਇੱਕ ਅਕਿਊਜ਼ ਨੂੰ ਛੁਡਾਉਣ ਜਾਣ ਤੱਕ ਗੱਲ ਠੀਕ ਆ, ਉਦੋਂ ਬਾਅਦ ਫਿਰ ਕੰਮ ਮਿਸਹੈਂਡਲ ਹੋ ਗਿਆ। ਮਿਸਹੈਂਡਲਿੰਗ ਤਾਂ ਉਦੋਂ ਬਾਅਦ ਹੀ ਹੋਊ ਨਾ ਜਦੋਂ ਉੱਥੇ ਤੱਕ ਅੰਮ੍ਰਿਤਪਾਲ ਪਹੁੰਚੂਗਾ ਬੰਦਿਆਂ ਨਾਲ, ਉਸ ਤੱਕ ਠੀਕ ਸੀ ਤੁਹਾਡਾ ਬੰਦਣਾ? ਹਾਂ, ਜੇ ਉਹਨਾਂ ਨੇ ਜਾ ਕੇ ਉੱਥੇ ਧਰਨਾ ਮਾਰਨਾ ਰਿਜ਼ੋਲਵ ਲਾਈਟ, ਫਿਰ ਕੋਈ ਜੈਸੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਣਾ ਜੈਸੀ ਗਲਤ ਸੀ। ਫਿਰ ਕੀ ਕਰਨਾ ਚਾਹੀਦਾ ਹੁਣ ਪੰਥ ਨੂੰ? ਕੀ ਕਰਨਾ ਚਾਹੀਦਾ ਪੰਥ ਨੂੰ? ਸਿਰ ਜੋੜ ਕੇ ਬੈਠਣਾ ਚਾਹੀਦਾ ਕਿ ਲਾਂਗ ਟਰਮ ਦੇ ਵਿੱਚ ਐਸੇ ਜਿਹੜੇ ਹਾਲਾਤ ਹੈਗੇ ਹੈ ਉਹਦੇ ਵਿੱਚ ਘੱਟੋ ਘੱਟ ਗ੍ਰੰਥ ਸਾਹਿਬ ਤਾਂ ਮਿਸਯੂਜ਼ ਨਾ ਕਰੋ ਤੁਸੀਂ ਜੀ। ਇਹਦੇ ਬਾਰੇ ਇਹ ਪੰਥ ਨੂੰ ਬੈਠ ਕੇ ਫੈਸਲਾ ਕਰਨਾ ਪਏਗਾ, ਪਲੈਟਫਾਰਮ ਅਕਾਲ ਤਖ਼ਤ ਉਹਦੇ ਵਾਸਤੇ। ਪਰ ਗੁਰੂ ਗ੍ਰੰਥ ਸਾਹਿਬ ਨੂੰ ਸਿਆਸੀ ਕਾਨਫਰੰਸਿਸ ਦੇ ਵਿੱਚ ਬੜੇ ਅਰਸੇ ਤੋਂ ਲਿਜਾਇਆ ਜਾਂਦਾ ਰਿਹਾ, ਅਨੰਦਪੁਰ ਸਾਹਿਬ ਜਾਂ ਤੁਸੀਂ ਲਾ ਲਓ ਫਤਿਹਗੜ੍ਹ ਸਾਹਿਬ, ਜਦੋਂ ਪੋਲੀਟੀਕਲ ਕਾਨਫਰੰਸਿਸ ਹੁੰਦੀਆਂ ਸੀ, ਮੈਂ ਵੀ ਕਵਰ ਕਰਦਾ ਰਿਹਾ, ਐਕਸਪ੍ਰੈਸ ਵੀ ਕਰਦਾ ਰਿਹਾ, ਟ੍ਰਿਬਿਊਨ 'ਚ ਵੀ ਕਰਦਾ ਰਿਹਾ, ਉਦੋਂ ਵੀ ਇੱਕ ਪਾਸੇ ਵਿਰਾਜਮਾਨ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ, ਇਧਰਲੇ ਪਾਸੇ ਸਿਆਸੀ ਲੋਕ ਭਾਸ਼ਣ ਦਿੰਦੇ ਸੀ, ਉਦੋਂ ਕਿਉਂ ਨਹੀਂ ਬੋਲੇ ਤੁਸੀਂ? ਨਹੀਂ, ਉਹ ਫਰਕ ਹੈ ਸਾਰੀ ਗੱਲ ਦੇ ਉੱਤੇ ਆ ਕੇ, ਹੁਣ ਵੀ ਤੁਸੀਂ ਜੇ ਦੇਖੋਗੇ ਆਪਣੇ ਕਿਸਾਨ ਸਟਰਗਲ 'ਤੇ ਵੀ ਇੰਸਟਾਲ ਕੀਤਾ ਹੋਇਆ ਸੀਗਾ, ਉਹ ਡਿਫਰੈਂਟ ਇਸ਼ੂ ਹੈ। ਇਸ ਤਰ੍ਹਾਂ ਨਾਲ ਲੈ ਕੇ ਚੱਲਣਾ, ਅਟੈਕ ਕਰਨਾ ਕਿਸੇ 'ਤੇ, ਇਹ ਗ੍ਰੰਥ ਸਾਹਿਬ ਤੁਸੀਂ ਮੂਰਤੀ ਬਣਾ ਕੇ ਨਹੀਂ ਲਿਜਾ ਸਕਦੇ, ਬਈ ਇਸੇ ਤੋਂ ਇੰਸਪੀਰੇਸ਼ਨ ਲੈਣੀ ਤਾਂ ਨਾਲ ਲੈ ਕੇ ਜਾ ਰਹੇ ਨੂੰ, ਇਹ ਸਮਝਣ ਵਾਸਤੇ ਇਹ ਫਿਲਾਸਫੀ ਹੈ ਜੀ, ਹਥਿਆਰ ਨਹੀਂ ਜੀ। ਸੋਸ਼ਲ ਮੀਡੀਆ ਦਾ ਜ਼ਿਕਰ ਹੋ ਰਿਹਾ, ਬੜਾ ਰੌਲਾ ਪੈ ਰਿਹਾ, ਜਿਹੜੇ ਕੁਛ ਖਾਲਿਸਤਾਨੀ ਐਲੀਮੈਂਟ ਆ ਉਹ ਕਹਿ ਰਹੇ ਆ ਜੀ NSA ਲਾ ਦਿੱਤਾ, ਇਹਨੇ ਕਿਹੜਾ ਜੁਰਮ ਕੀਤਾ ਸੀ, ਇਹ ਤਾਂ ਅਮਿਤ ਸੰਚਾਰ ਕਰ ਰਿਹਾ ਸੀ, ਨਸ਼ੇ ਛੁਡਾ ਰਿਹਾ ਸੀ। ਤੁਹਾਡਾ ਕੀ ਵਿਚਾਰ ਹੈ ਕਿ ਸਿਰਫ ਜੋ ਕੁਛ ਇਹ ਕਰ ਰਿਹਾ ਸੀ ਸਿਰਫ ਅੰਮ੍ਰਿਤ ਸੰਚਾਰ ਅਤੇ ਨਸ਼ੇ ਛੁਡਾ ਰਿਹਾ ਸੀ ਜਾਂ ਇਸ ਤੋਂ ਇਲਾਵਾ ਹੋਰ ਵੀ ਕੁਛ ਕਰ ਰਿਹਾ? ਨਹੀਂ, ਸਿਰਫ ਜੇ ਨਸ਼ੇ ਕੁਛ ਛੁਡਾ ਰਿਹਾ ਸੀ ਅਤੇ ਅੰਮ੍ਰਿਤ ਸੰਚਾਰ ਕਰ ਰਿਹਾ ਸੀ, ਇਹਦੇ 'ਤੇ ਕੰਟਰੋਵਰਸੀ ਹੋ ਹੀ ਨਹੀਂ ਸਕਦੀ ਕੋਈ। ਇਹਦਾ ਮਤਲਬ ਇਹ ਇਸ ਤੋਂ ਇਲਾਵਾ ਬਹੁਤ ਕੁਛ ਕਰ ਰਿਹਾ ਸੀ? ਅਤੇ ਜਦੋਂ ਉਹ ਹੇਟ ਸਪੀਚ, ਮੈਂ ਲਫ ਹੇਟ ਸਪੀਚ ਵਰਤ ਰਿਹਾ, ਜਦੋਂ ਤੁਸੀਂ ਹੇਟ ਸਪੀਚ 'ਤੇ ਆਉਂਦੇ ਅਤੇ ਉਹਦਾ ਅੰਮ੍ਰਿਤ ਸੰਚਾਰ ਨਾਲ ਕੋਈ ਤਲਕ ਨਹੀਂ ਹੈ, ਖਾਲਿਸਤਾਨ ਦਾ ਅੰਮ੍ਰਿਤ ਸੰਚਾਰ ਨਾਲ ਕੋਈ ਤਲਕ ਨਹੀਂ, ਖਾਲਿਸਤਾਨ ਅੰਮ੍ਰਿਤ ਸੰਚਾਰ ਕਰਨ ਤਾਂ ਉਹ ਤਾਂ ਲਗਾਤਾਰ ਹੀ ਹੋ ਰਿਹਾ, ਇਹ ਕਿਹੜਾ ਕੋਈ ਨਵੀਂ ਚੀਜ਼ ਸ਼ੁਰੂ ਕੀਤੀ ਇਹਨਾਂ ਨੇ ਆ ਕੇ? ਜੇ ਤੁਸੀਂ, ਮੈਂ ਤੁਹਾਨੂੰ ਉਦਾਹਰਨ ਦਿਆਂ, ਜੇ ਕਹਾਂ ਕਿ ਇੰਜਣ ਕੋਈ ਹੋਰ ਸੀ, ਡੱਬੇ ਕੋਈ ਹੋਰ ਸੀ, ਰੇਲ ਗੱਡੀ ਚਲਾ ਰਿਹਾ ਸੀ ਅੰਮ੍ਰਿਤਪਾਲ, ਇੰਜਣ ਲੱਗਿਆ ਹੋਇਆ ਸੀ ਮੂਹਰੇ ਅੰਮ੍ਰਿਤ ਸੰਚਾਰ ਦਾ, ਨਸ਼ਾ ਛੁਡਾਊ ਮੁਹਿੰਮ ਦਾ, ਲੋਕ ਤਾਂ ਅਜੇ ਇਹੀ ਕਹੀ ਜਾਂਦੇ ਆ ਕਿ ਅੰਮ੍ਰਿਤ ਸੰਚਾਰ ਕਰ ਰਿਹਾ ਸੀ, ਨਸ਼ੇ ਛੁਡਾ ਰਿਹਾ ਸੀ, ਕੀ ਮਾੜਾ ਕਰ ਰਿਹਾ ਸੀ, ਉਹਨੂੰ ਫੜਿਆ ਕਿਉਂ? ਨਹੀਂ, ਉਹ ਤਾਂ ਕਹਿ ਰਿਹਾ ਕਿ ਮੈਂ ਖਾਲਿਸਤਾਨ ਦੀ ਗੱਲ ਕਰ ਰਿਹਾ, ਖਾਲਿਸਤਾਨ ਦੀ ਗੱਲ ਕਰਨੀ ਵੀ ਕਾਨੂੰਨੀ ਤੌਰ 'ਤੇ ਅੱਜ ਕੱਲ੍ਹ ਜਾਇਜ਼ ਹੈ। ਬਿਲਕੁਲ ਜਾਇਜ਼ ਹੈ।
जड़ी गल जायज नहीं हेट स्पीचेज है जी। हेट स्पीचेज हिंदुस्तान के एनवायरमेंट बनी हुई है, कला अमृतपाल ही नहीं हेट स्पीचेज दे रहा सीगा, संघ परिवार के लीडर सारे यही काम ही करते हैं। ਯਾਨੀ ਕਿ ਇਹ ਵਾਈਡ ਸਪਰੈਡ ਆ ਹੇਟ ਸਪੀਚ ਦੀ ਬਿਮਾਰੀ ਇੰਡੀਆ ਦੇ ਵਿੱਚ, ਵਾਈਡ ਸਪਰੈਡ ਨਹੀਂ, ਉਹਨਾਂ ਦੀ ਪਾਲਿਸੀ ਹੈ ਜੀ। ਪੰਜਾਬ ਦੇ ਵਿੱਚ ਅਮਰਤਪਾਲ ਕੋਈ ਪੋਲਿਟਿਕਸ ਪ੍ਰੀਚ ਨਹੀਂ ਕਰ ਰਿਹਾ ਜੀ ਜਾਂ ਪ੍ਰੈਕਟਿਸ ਨਹੀਂ ਕਰ ਰਿਹਾ ਜੀ, ਲੇਕਿਨ ਸੰਘ ਪਰਿਵਾਰ ਪੋਲਿਟਿਕਸ ਕਰਦਾ ਹੈ ਹੇਟ ਦੇ ਨਾਂ 'ਤੇ ਜੀ, ਇਹ ਫਰਕ ਹੈ। ਅਤੇ ਜਿਹੜੀ ਹੇਟ ਸਪੀਚ ਅਮਰਤਪਾਲ ਜਾਂ ਉਹਦੇ ਸਾਥੀ ਦਿੰਦੇ ਆ, ਅਤੇ ਉਹ ਹੇਟ ਸਪੀਚ ਦਾ ਜਿਹੜਾ ਟੇਸਟ ਆ, ਸਵਾਦ ਆ, ਉਹ ਸੰਘ ਪਰਿਵਾਰ ਦੀ ਹੇਟ ਟੇਸਟ ਨਾਲ ਸਵਾਦ ਉਹਦਾ ਕੋਈ ਲਹਿਜ਼ਾ ਵੱਖਰਾ ਜੀ? ਨਹੀਂ, ਸਵਾਦ ਸਾਰੇ ਹੇਟ ਸਪੀਚ ਦੇ ਇੱਕੋ ਹੀ ਹੁੰਦਾ, ਕੋਈ ਫਰਕ ਨਹੀਂ ਹੁੰਦਾ, ਟਾਰਗੇਟ ਇਜ਼ ਸੇਮ, ਟਾਰਗੇਟ ਮਤਲਬ ਕਿ ਦੋਨਾਂ 'ਚ ਕੋਈ ਫਰਕ ਨਹੀਂ। ਅੰਮ੍ਰਿਤਪਾਲ ਦੀ ਹੇਟ ਸਪੀਚ ਅਤੇ ਸੰਘ ਪਰਿਵਾਰ ਦੀ ਹੇਟ ਸਪੀਚ ਸਾਂਝੀਆਂ ਹੀ ਨੇ, ਸਾਂਝੀਆਂ ਨੇ ਬਿਲਕੁਲ। ਜੇ ਤੇ ਐਕਸ਼ਨ ਹੁੰਦਾ ਉਹਨਾਂ 'ਤੇ ਵੀ, ਉਹਨਾਂ 'ਤੇ ਹੋਣਾ ਚਾਹੀਦਾ, ਮੈਂ ਮੰਨਦਾ ਬਿਲਕੁਲ ਜਾਇਜ਼। ਜਗਤਾਰ ਜੀ, ਮੈਂ ਜਿਵੇਂ ਪਹਿਲਾਂ ਕਿਹਾ, ਇੰਜਣ ਅੰਮ੍ਰਿਤ ਸੰਚਾਰ ਦਾ, ਨਸ਼ਾ ਛੁਡਾਊ ਮੁਹਿੰਮ ਦਾ, ਪਿੱਛੇ ਡੱਬੇ ਹੇਟ ਸਪੀਚ ਨਾਲ ਲੱਦੇ ਹੋਏ, ਖਾਲਿਸਤਾਨ ਦਾ ਮੁੱਦਾ ਚੱਕਿਆ ਹੋਇਆ, ਇਕੱਠ ਕਰਨਾ ਅੰਮ੍ਰਿਤ ਸੰਚਾਰ ਦੇ ਨਾਂ 'ਤੇ, ਇਕੱਠ ਕਰਨਾ ਨਸ਼ਾ ਛੁਡਾਊ ਕੇਂਦਰ ਖੋਲ੍ਹ ਕੇ, ਮੁਹਿੰਮ ਛੋੜ ਛੇੜ ਕੇ, ਫਿਰ ਉੱਥੇ ਦੇਣੀ ਹੇਟ ਸਪੀਚ, ਇਹ ਇਕੱਠ ਆਹ ਦੋ ਸਮਾਜਿਕ ਮੁੱਦਿਆਂ ਨੂੰ ਲੈ ਕੇ ਕਰਨਾ, ਫਿਰ ਉੱਥੇ ਜਾ ਕੇ ਤੁਸੀਂ ਖਾਲਿਸਤਾਨ ਦਾ ਮੁੱਦਾ ਉਠਾਉਂਦੇ ਉਠਾਉਂਦੇ ਹੇਟ ਸਪੀਚ ਸ਼ੁਰੂ ਕਰ ਦੇਣੀ, ਇਹ ਫਿਰ ਇੰਟਰਮਿਕਸਿੰਗ ਜਿਹੜੀ ਹੋ ਰਹੀ ਆ ਚੰਗਿਆਈ ਦੀ ਅਤੇ ਗੰਦ ਦੀ, ਇਹਨੂੰ ਕਿਵੇਂ ਦੇਖ? ਇਹ ਗਲਤ ਹੈ, ਇਹ ਗਲਤ ਹੈ, ਮਿਕਸਿੰਗ ਨਹੀਂ ਹੋਣੀ ਚਾਹੀਦੀ, ਮਿਕਸਿੰਗ ਨਹੀਂ ਹੋਣੀ ਬਿਲਕੁਲ ਠੀਕ। ਜਗਤਾਰ ਜੀ, ਜੋ ਅੰਮ੍ਰਿਤਪਾਲ ਨੇ ਕੰਮ ਸ਼ੁਰੂ ਕੀਤਾ, ਤੁਸੀਂ ਇਸ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਉਹਦਾ ਕੋਈ ਕਨੈਕਸ਼ਨ ਖਾਲਿਸਤਾਨ ਮੂਵਮੈਂਟ ਜਿਹੜੀ ਭਿੰਡਰਾਂ ਨੇ ਸ਼ੁਰੂ ਕੀਤੀ ਸੀ, ਉਹ ਜਿਹੜਾ ਦਹਾਕਾ ਤੁਸੀਂ ਰਹੇ ਹੋ ਅੰਮ੍ਰਿਤਸਰ ਬਹੁਤ ਨੇੜਿਓਂ ਤੁਸੀਂ ਦੇਖਿਆ, ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਮਿਲਦੇ ਰਹੇ ਹੋ, ਇੰਟਰਵਿਊ ਬੜੀ ਵਾਰੀ ਕੀਤਾ, ਤੁਸੀਂ ਆਹ ਦੋ ਕਿਤਾਬਾਂ ਵੀ ਲਿਖਤੀਆਂ ਬਹੁਤ ਵਿਸਤਾਰ ਨਾਲ, ਇਹ ਤੁਹਾਨੂੰ ਲੱਗਦਾ ਵੀ ਇਹ ਭਿੰਡਰਾਂ ਦੀ ਉਹ ਮੂਵਮੈਂਟ ਦੀ ਐਕਸਟੈਂਸ਼ਨ ਸੀ? ਸੰਤ ਜਰਨੈਲ ਸਿੰਘ ਭਿੰਡਰਾਂ ਨੇ ਕੋਈ ਖਾਲਿਸਤਾਨੀ ਮੂਵਮੈਂਟ ਸ਼ੁਰੂ ਨਹੀਂ ਕੀਤੀ ਨਹੀਂ, ਦੱਸ ਨਿਊਜ਼ ਓਕੇ, ਉਹਨਾਂ ਨੇ ਕਦੇ ਲਫ਼ਜ਼ ਨਹੀਂ ਸੀ ਵਰਤਿਆ, ਨਾ ਹੀ ਕਦੇ ਮੰਗਿਆ ਸੀ ਖਾਲਿਸਤਾਨ ਉਹਨਾਂ ਨੇ। ਕੀ ਮੰਗਦੇ ਸੀ ਫਿਰ ਉਹ? ਅਨੰਦਪੁਰ ਸਾਹਿਬ ਦਾ ਮਤਾ 1973 ਓਕੇ, ਲਾਸਟ ਤੱਕ ਉਹਨਾਂ ਨੇ ਕਦੇ ਨਹੀਂ ਮੰਗਿਆ, ਉਹ ਤਾਂ ਸਿਰਫ ਇੱਕ ਉਹਨਾਂ ਦਾ ਹੈ ਬਿਆਨ ਕਿ ਜਦੋਂ ਦਰਬਾਰ ਸਾਹਿਬ 'ਤੇ ਫੌਜ ਹਮਲਾ ਕਰੂਗੀ ਅਤੇ ਉਹ ਖਾਲਿਸਤਾਨ ਦੇ ਲਈ ਨਿਯਮ ਰੱਖੀ ਜਾਓ, ਹਾਂ ਇਸ ਤੋਂ ਬਾਅਦ ਕੁਛ ਨਹੀਂ ਗਾ। ਉਹਨਾਂ ਨੇ ਇਹ ਵੀ ਮੈਂ ਨਾਲ ਇੱਕ ਗੱਲ ਹੋਰ ਵੀ ਕਲੀਅਰ ਕਰ ਦਿਆਂ, ਖਾਲਿਸਤਾਨ ਦਾ ਫਾਰਮਲ ਰੈਜੋਲੂਸ਼ਨ ਪਾਸ ਹੁੰਦਾ, ਅਨਾਊਂਸਮੈਂਟ ਹੁੰਦੀ ਹੈ 1986, ਇਹ ਸਿਰਫ ਸਲੋਗਨ ਸੀ, ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਜਾਂ ਇਹ ਅਨਾਊਂਸਮੈਂਟ ਕੀਤੀ ਉਹ ਤਾਂ ਉਸ ਵੇਲੇ ਛੱਡ ਕੇ ਤੁਰ ਗਏ ਦਰਬਾਰ ਸਾਹਿਬ। ਕੌਣ ਸੀ, ਕੌਣ ਕੌਣ ਸੀ? ਪੱਤਰ ਕਮੇਟੀ ਸੀ, ਨਾਂ ਲੈ ਦਿਓ। ਨਹੀਂ ਮੈਨੂੰ ਸਾਰੇ ਹੁਣ ਨਾਂ ਯਾਦ ਨਹੀਂ, ਮੋਟਾ ਧੰਨਾ ਸਿੰਘ, ਗੁਰਬਚਨ ਸਿੰਘ, ਮਾਨੋ ਚਾਹਲ, ਰੋਡ ਸਿੰਘ, ਅਤੇ ਆਪਣਾ ਬਾਦਲ ਨੂੰ ਕਿੱਧਰ ਸੀ, ਬਾਦਲ ਸਾਹਿਬ, ਪ੍ਰੌੜਾ ਸਾਹਿਬ ਕਿੱਥੇ ਸੀ, ਇਹਨਾਂ ਦਾ ਕੀ ਰੋਲ ਸੀ? ਨਹੀਂ ਇਹ ਤਾਂ ਅਕਾਲੀ ਦਲ ਸੀਗਾ, ਇਹਨਾਂ ਦਾ ਕੋਈ ਰੋਲ ਨਹੀਂ ਉਹਦੇ ਵਿੱਚ। ਇਹ ਖਾਲਿਸਤਾਨ ਦੇ ਮੁੱਦੇ ਹੀ ਨਹੀਂ ਸੀ? ਨਹੀਂ ਉਸ ਵੇਲੇ ਨਹੀਂ ਸੀ, ਇਹ ਤਾਂ 94 ਦੇ ਵਿੱਚ 92 ਜਾ ਕੇ ਸਾਈਨ ਕੀਤੇ ਬਾਦਲ ਸਾਹਿਬ ਨੇ ਤਾਂ। ਖਾਲਿਸਤਾਨ ਮੂਵਮੈਂਟ ਨੂੰ ਜਿਹੜੀ ਤੁਸੀਂ ਕਹਿੰਦੇ ਹੋ ਜਿਹੜਾ ਮਾਨੋ ਚਾਹਲ ਵਗੈਰਾ ਜਿਹੜੇ ਬੰਦੇ ਨਾਲ, ਇਹਨਾਂ ਨੂੰ ਕੋਈ ਟੈਸਟ ਸਪੋਰਟ ਵੀ ਦਿੰਦੇ ਸੀ ਅੰਦਰੋਂ? ਕੌਣ? ਸ਼੍ਰੋਮਣੀ ਅਕਾਲੀ ਦਲ? ਮੈਂ ਕਦੇ ਵੀ ਨਹੀਂ ਦਿੱਤੀ, ਉਹ ਤਾਂ ਅਲੱਗ ਸੀ ਉਸ ਵੇਲੇ, ਕਦੇ ਨਹੀਂ, ਉਸ ਵੇਲੇ ਮਤਲਬ ਵੀ ਨਹੀਂ ਕੋਈ। ਸੋ ਜਿਹੜਾ ਉਹ ਵਰਤਾਰਾ ਸੀ ਅਤੇ ਜੋ ਅੰਮ੍ਰਿਤਪਾਲ ਨੇ ਸ਼ੁਰੂ ਕੀਤਾ, ਤੁਹਾਨੂੰ ਲੱਗਦਾ ਵੀ ਇਹ ਕੋਈ ਕਨੈਕਸ਼ਨ ਸੀਗਾ ਜਾਂ ਐਕਸਟੈਂਸ਼ਨ ਸੀ ਜਾਂ ਰਿਵਾਈਵਲ ਸੀ? ਨਹੀਂ ਰਿਵਾਈਵਲ ਨਹੀਂ ਹੈ, ਉਹਦੀ ਪ੍ਰੋਬਲਮ ਪੰਜਾਬ ਦੀ ਹੋਰ ਹੈਗੀ ਹੈ, ਪੰਜਾਬ ਦੇ ਵਿੱਚ ਜਿਹੜਾ ਉਹ ਪੀਰੀਅਡ ਹੈ ਉਹਦਾ ਕਲੋਜ਼ਰ ਨਹੀਂ ਹੋਇਆ। ਕਲੋਜ਼ਰ ਨਹੀਂ ਹੋਇਆ ਕਿਵੇਂ? ਅਕਾਊਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ ਕਿ ਜੇ 50,000 ਬੰਦਾ, 40 ਤੋਂ 50,000 ਬੰਦਾ ਮਰਿਆ ਹੈ ਤਾਂ ਉਹਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਕੋਈ 40 ਤੋਂ 50,000 ਸਿੱਖ ਹੀ ਮਰੇ ਜੀ? ਨਹੀਂ ਸਾਰੇ ਮਰੇ, ਮੈਂ ਸਾਰਿਆਂ ਦੀ ਗੱਲ ਕਰਦਾ, ਟੋਟਲ ਮੈਂ ਗੱਲ ਕਰਦਾ। ਹਿੰਦੂ ਵੀ ਮਰੇ? ਸਾਰੇ ਮਰੇ ਆ, ਰਿਕਾਰਡ 'ਤੇ ਇਹ ਤਾਂ ਸਾਰਾ ਕੁਝ ਰਿਕਾਰਡ 'ਤੇ ਹੈ ਵੀ ਕਿੰਨੇ ਲੋਕ ਮਰੇ ਹੈ, ਹਿੰਦੂ ਸਿੱਖ ਸਾਰੇ ਹੀ ਮਰੇ ਹੈ। ਰਾਧਾ ਜੇ ਹੋਮਰਸ ਦੀ ਫਿਗਰ ਤੁਸੀਂ ਚੁੱਕੋਗੇ, ਜਿਹੜੇ ਟੈਰਿਸਟ ਨੇ, ਜਿਹੜੇ ਲਫ਼ ਟੈਰਿਸਟ ਵਰਤਿਆ ਜਾਂਦਾ ਹੈ, ਜਿਹੜੇ ਉਹਨਾਂ ਨੇ ਮਾਰੇ ਆ, ਉਹਦੇ ਵਿੱਚ 60% ਤਾਂ ਸਿੱਖ ਹੈਗੇ, ਬਾਕੀ ਹਿੰਦੂ ਹੈ। ਸਿੱਖਾਂ ਨੇ ਸਿੱਖ ਮਾਰਤੇ? ਯੈਸ, 60% ਮੈਂ ਕਹਿ ਰਿਹਾ ਸਿੱਖਾਂ ਨੇ ਸਿੱਖ ਮਾਰੇ, ਮਤਲਬ ਕਿ ਜਿਹੜੇ ਅੱਤਵਾਦੀ ਸੀ ਹਾਂ ਉਹਨਾਂ ਨੇ, ਜਿਹੜੇ ਉਹਨਾਂ ਨੇ ਬੰਦੇ ਮਾਰੇ ਆ, ਜਿਹੜੇ ਹੋਮ ਮਿਨਿਸਟਰੀ ਦੀ ਫਿਗਰ ਹੈਗੀ ਹੈ 60% ਸਿੱਖ ਸੀ 91 ਤੱਕ ਦੀ, ਉਹ ਉਹਦੇ 'ਚ 60% ਸਿੱਖ ਸੀ ਜੀ। ਅੱਛਾ ਜਗਤਾਰ ਜੀ,
बादल ने ज्यादा नुकसान किया पंथ का कि टोड़े ने? नहीं, मैं इस गल दे विच मैं किसी परसन के पिछे नहीं जाता हूँ, मैं परसनल जजमेंट नहीं दिया करता कदम। चल आप ले लें, बादल साहब की अगवाई श्रोमणी अकाली दल ने टीगा वधिया पुट्टिया गई घट? नहीं, मैं वैल्यू जजमेंट मैं पहला कह रहा, मैं सियासत की गल करता, मैं बंद नहीं मैं बंद बारे गल नहीं करता। लीडरशिप सवाल एन थोड़ा मोल्ड कर लें, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਵਧੀਆ ਸਮਝਦੇ ਸੀ ਜਾਂ ਨਹੀਂ? ਮੈਂ ਸਿਆਸਤ ਵਧੀਆ ਘਟਿਆ ਨਹੀਂ ਹੁੰਦੀ, ਸਿਆਸਤ ਤਾਂ ਮੌਕੇ ਦੇ ਹਿਸਾਬ ਤੇ ਹੁੰਦਾ ਜੋ ਕੁਛ ਹੁੰਦਾ। ਮੈਨੂੰ ਕਿ ਸਿਆਸਤ ਮੌਕਾ ਪ੍ਰਸਤੀ ਹੁੰਦੀ? ਨਹੀਂ, ਮੌਕਾ ਪ੍ਰਸਤੀ ਨਹੀਂ ਹੁੰਦੀ, ਉਹ ਤਾਂ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਕਿਸ ਵੇਲੇ ਕੀ ਹੋ ਰਿਹਾ ਕੀ ਨਹੀਂ। ਸਿਚੁਏਸ਼ਨ ਦੇ ਮੁਤਾਬਕ ਕੰਮ ਕਰੋਗੇ, ਮੌਕੇ ਦੇ ਮੁਤਾਬਕ ਕੰਮ ਕਰੋਗੇ? ਇਹ ਫਰਕ ਹੈ, ਮੌਕਾ ਪ੍ਰਸਤੀ ਦੀ ਸਿਆਸਤ ਦੇ ਵਿੱਚ ਤੇ ਬਾਕੀ ਫਰਕ ਹੁੰਦਾ ਹੈ। ਜੀ ਜੀ ਹਾਂਜੀ। ਅੱਛਾ ਜਗਤਾਰ ਜੀ, ਤੁਸੀਂ ਤਾਂ ਹੁਣ ਉਹ ਇਸ ਗੱਲ ਤੋਂ ਜੋ ਮੈਂ ਦੇਖਿਆ जो मैं समझना जिनी क मैनू जानकारी आ पिछले समयां दी पंजाब दी, क्योंकि मैं भी बड़ी क्लोजली वॉच किया छोटा थोड़े तो, शायद उन्ना कुछ तो मैं तजर्बा है नहीं, उन्ना कुछ मैं वेख्या भी नहीं जिन्ना तुसीं वेख्या। मेरे विचार के मुताबिक बादल साहब की अगवाई च अकाली दल, टौड़ा साहब की अगवाई दे विच एस जी पी सी, ये दोनों ने पंथ नूं फेल किया। ਇਹਨਾਂ ਦੋਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਪਹੁੰਚੇ, ਜਿਸ ਤਰੀਕੇ ਨਾਲ ਕਿਰਪਾਲ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ ਫਰਿਆਦ ਕੀਤੀ ਟੌੜਾ ਸਾਹਿਬ ਨੂੰ ਵੀ ਰੋਕੋ, ਨਾਕਾਮ ਰਹੇ। ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤਾਪ ਸਿੰਘ ਦਾ ਕਤਲ ਹੋਇਆ, ਨਹੀਂ ਕੁਛ ਬੋਲੇ। ਟੌੜਾ ਸਾਹਿਬ ਨੇ ਕੋਈ ਮਤਲਬ ਕਿ ਦਿਖਣ ਵਾਲੀ ਕਾਰਵਾਈ ਨਹੀਂ ਪਾਈ। ਇਹ ਸਾਰਾ ਜਿਹੜਾ ਜ਼ਿਕਰ ਆ ਤੁਸੀਂ ਆਪਣੀ ਕਿਤਾਬ 'ਚ ਕੀਤਾ ਜੀ? ਨਹੀਂ, ਮੈਂ ਇਹਨਾਂ ਗੱਲਾਂ ਦਾ ਜਵਾਬ ਨਹੀਂ ਦਿਆ ਕਰਦਾ ਇਹੋ ਜਿਹੀਆਂ ਦਾ। ਕਿਉਂ? ਇਹ ਤਾਂ ਮੇਰੀ ਆਪਣੀ ਚੋਇਸ ਹੈ, ਤੁਹਾਡਾ ਰਾਈਟ ਹੈ ਸਵਾਲ ਪੁੱਛਣਾ। ਮੈਂ ਸਰ ਸਵਾਲ ਪੁੱਛਦਾ, ਤੁਸੀਂ ਮੇਰਾ ਰਾਈਟ ਹੈ ਜਵਾਬ ਦਾ ਦੇਣਾ, ਮੈਂ ਆਪਣੀ ਕਿਤਾਬ ਆਪਣੇ ਹਿਸਾਬ ਤੇ ਲਿਖਣਾ। ਨਹੀਂ, ਤੁਸੀਂ ਕਿਤਾਬ 'ਚ ਮਤਲਬ ਕਿ ਅੱਧਾ ਸੱਚ ਦੱਸੋਗੇ, ਅੱਧਾ ਸੱਚ ਨਹੀਂ ਦੱਸੋਗੇ? ਨਹੀਂ, ਉਹ ਤਾਂ ਮੇਰੇ 'ਤੇ ਡਿਪੈਂਡ ਕਰਦਾ ਹੈ ਨਾ ਕਿ ਮੈਂ ਕਿਤਾਬ ਦਾ ਮੇਰਾ ਫਰੇਮਵਰਕ ਕੀ ਹੈ। ਓਕੇ, ਤੁਸੀਂ ਇਹ ਗੱਲ ਮੰਨਦੇ ਵੀ ਜਥੇਦਾਰ ਪ੍ਰਤਾਪ ਸਿੰਘ ਕਤਲ ਹੋਇਆ ਸੀ? ਮੈਂ ਇਹੋ ਜਿਹੇ ਗੱਲਾਂ ਦੇ ਵਿੱਚ ਨਹੀਂ। ਕਤਲ ਹੋਇਆ ਕਿ ਨਹੀਂ ਹੋਇਆ, ਬੰਦਾ ਮਰਿਆ ਕਿ ਨਹੀਂ ਮਰਿਆ? ਨਹੀਂ, ਜੇ ਮਰਿਆ ਤਾਂ ਤੁਹਾਡੇ ਸਾਹਮਣੇ ਹੋਏਗਾ। ਤੁਹਾਨੂੰ ਪਤਾ ਨਹੀਂ, ਤੁਸੀਂ ਇੰਟਰੋਗੇਟ ਕਰ ਲੱਗੇ ਕਿ ਇੰਟਰਵਿਊ ਕਰ ਲੱਗੇ? ਮੈਂ ਤਾਂ ਤੁਹਾਨੂੰ ਬਾਈ ਜੀ ਦੱਸਦੇ ਰਹਾਂ, ਇਹ ਤਰੀਕਾ ਨਹੀਂ ਹੈ। ਮੈਂ ਤਾਂ ਜਦੋਂ ਸਵਾਲ ਸਿੱਧੇ ਪੁੱਛ ਰਿਹਾ, ਮੈਂ ਸਿੱਧੇ ਨਹੀਂ ਪੁੱਛ ਰਿਹਾ, ਮੇਰਾ ਇਹਦਾ ਕੋਈ ਤਾਂ ਲੱਗਦੇ। ਚਲ ਹੁਣ ਫਿਰ ਕੀ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ? ਨਹੀਂ, ਸਰਕਾਰ ਦੇਖੇ ਕੀ ਕਰਨਾ, ਮੈਂ ਐਡਵਾਈਜ਼ਰ ਨਹੀਂ ਉਹਨਾਂ ਦਾ। ਤੁਸੀਂ ਕੁਛ ਸੁਝਾਅ ਤਾਂ ਦੇ ਸਕਦੇ ਹੋ? ਮੈਂ ਇਸ ਕੰਮ 'ਚ ਪਿਆ ਹੀ ਨਹੀਂ, ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ, ਮੈਂ ਸਰਕਾਰਾਂ ਨੂੰ ਕਦੇ ਸੁਝਾਅ ਨਹੀਂ ਦਿੰਦਾ ਹੁੰਦਾ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਜੀ ਸਾਰਾ ਜੇ ਪ੍ਰੋਸੈਸ ਹੈ ਮਿਸ ਹੈਂਡਲ। ਆਪਾਂ ਤਾਂ ਜਰਨਲਿਸਟ ਦੇ ਤੌਰ 'ਤੇ ਆਪਾਂ ਅਸੈਸ ਹੀ ਕਰ ਸਕਦੇ ਹਾਂ ਵੀ ਕੀ ਹੋਇਆ ਕੀ ਨਹੀਂ, ਆਪਾਂ ਸੁਝਾਅ ਨਹੀਂ ਦਿੰਦੇ ਹੁੰਦੇ, ਆਪਣਾ ਕੰਮ ਨਹੀਂ। ਤੁਹਾਡੀ ਅਸੈਸਮੈਂਟ ਹੈ ਵੀ ਮਿਸ ਹੈਂਡਲ ਹੋ ਗਿਆ? ਹਾਂ, ਇਹ ਜਰਨਲਿਸਟਾਂ ਦਾ ਕੋਈ ਰੋਲ ਨਹੀਂ ਕਿ ਸਰਕਾਰ ਨੂੰ ਸੁਝਾਅ ਦੇਵੇ ਜਾਂ ਕਿਸੇ ਲੀਡਰ ਨੂੰ ਸੁਝਾਅ ਦੇਵੇ। ਨਹੀਂ, ਐਨਾਲਿਟੀਕਲ ਜਦੋਂ ਅਨਾਲਿਸਿਸ ਹੁੰਦਾ ਸੁਝਾਅ ਉਹਦੇ ਵਿੱਚ ਆਪੇ ਉਭੜੇ ਆਉਂਦੇ। ਹਾਂ, ਤੇ ਮੈਂ ਇਹਨਾਂ ਬਾਰੇ ਗੱਲ ਨਹੀਂ ਕਰਦਾ। ਜਦੋਂ ਐਡੀਟਰ ਕੋਈ ਐਡੀਟੋਰੀਅਲ ਲਿਖਦਾ ਉਹਦੇ ਵਿੱਚ ਸੁਝਾਅ ਆਪਣੇ ਆਪ ਐਮਰਜ ਕਰਦਾ। ਹਾਂ, ਤੇ ਆਈ ਜਾਣਦੀ ਹੈ। ਆਈ ਡੋਂਟ ਲਾਈਕ ਟੂ ਕਮੈਂਟ ਔਨ ਦਿਸ ਇਸ਼ੂਸ। ਕੁਛ ਹੋਰ ਕਹਿਣਾ ਚਾਹੂੰਗਾ? ਥੈਂਕ ਯੂ ਸੋ ਮਚ। ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਸਰਦਾਰ ਜਗਤਾਰ ਸਿੰਘ, ਜਰਨਲਿਸਟ, ਜਿਨ੍ਹਾਂ ਨੇ ਦੋ ਕਿਤਾਬਾਂ ਪੰਜਾਬ ਦੇ ਹਾਲਾਤ ਬਾਰੇ ਲਿਖੀਆਂ। ਕੁਛ ਸਵਾਲ ਸਾਡੇ ਇਹਨਾਂ ਨੂੰ ਭੈੜੇ ਵੀ ਲੱਗੇ, ਤਿੱਖੇ ਲੱਗੇ, ਇੰਟੈਰੋਗੇਟਿਵ ਲੱਗੇ। ਕੋਈ ਮਕਸਦ ਨਹੀਂ ਸੀ ਸਾਡਾ ਇਹਨਾਂ ਦੀ ਇੰਟੈਰੋਗੇਸ਼ਨ ਕਰਨ ਦਾ। ਮੈਂ ਇੱਕ ਪੱਤਰਕਾਰ ਨਾਤੇ ਹੁੰਦਾ ਹੋਇਆ ਉਹ ਸਾਰੇ ਸਵਾਲ ਆਪਣੀਆਂ ਉਹ ਜਿਹੜੀਆਂ ਮੇਰੇ ਮਨ 'ਚ ਖਾਹਿਸ਼ਾਂ ਸੀ ਜਾਂ ਜਿਹੜੇ ਮੇਰੇ ਮਨ ਦੇ ਵਿੱਚ ਵਲਵਲੇ ਉੱਠ ਰਹੇ ਸੀ, ਮੈਂ ਕਿਹਾ ਜੀ ਮੈਂ ਇੱਕ ਤਜ਼ਰਬੇਕਾਰ ਪੱਤਰਕਾਰ ਤੋਂ ਪੁੱਛ ਲੈਂਦਾ, ਸ਼ਾਇਦ ਉਹ ਮੈਨੂੰ ਜਵਾਬ ਦੇ ਦੇਣ। ਖੈਰ, ਇਹਨਾਂ ਦੇ ਜਵਾਬ ਉਹਨਾਂ ਦੇ ਕੁਛ ਦਿੱਤੇ, ਕੁਛ ਨਹੀਂ ਦਿੱਤੇ, ਇਹਨਾਂ ਦਾ ਹੱਕ ਆ, ਉਹਦਾ ਅਸੀਂ ਸਤਿਕਾਰ ਕਰਦੇ ਹਾਂ। ਇਸ ਦੇ ਨਾਲ ਮੁਲਾਕਾਤ ਖਤਮ ਕਰਦੇ ਹਾਂ। ਸਭ ਦਾ ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।